ਗੱਲ ਕਰਦੇ ਹਾਂ ਅਸੀਂ ਪ੍ਰੀਵੈਂਟਿਵ ਹੈਲਥ ਕੇਅਰ ਦੀ, ਕਿਵੇਂ ਸਿਹਤਮੰਦ ਰਹਿਣਾ ਹੈ, ਗੱਲ ਕਰਦੇ ਹਾਂ ਵੈਲਨੈਸ ਦੀ, ਕਿੱਦਾਂ ਅਸੀਂ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਰੂਪ ਦੇ ਨਾਲ ਇੰਜੋਏ ਕਰਦੇ ਹੋਏ ਜੀਣਾ ਹੈ। ਉਸ ਤੋਂ ਸਭ ਤੋਂ ਵੱਡਾ ਜਿਹੜਾ ਮੰਤਰ ਹੈ ਉਹ ਹੈ ਟੂ ਬੀ ਹੈਲਦੀ, ਟੂ ਬੀ ਡਿਜ਼ੀਜ਼ ਫਰੀ। ਔਰ ਡਿਜ਼ੀਜ਼ ਦੋਸਤੋ ਅਸੀਂ ਗੱਲ ਕਰਦੇ ਹਾਂ ਕਮਿਊਨੀਕੇਬਲ ਡਿਜ਼ੀਜ਼, ਯਾਨੀ ਕਿ ਸੰਕ੍ਰਾਮਕ ਰੋਗ, ਜਿਹੜੇ ਕਿ ਇੱਕ ਇਨਸਾਨ ਨੂੰ ਆਪਣੇ ਐਨਵਾਇਰਮੈਂਟ, ਆਪਣੀ ਸਰਾਊਂਡਿੰਗਸ ਤੋਂ ਮਿਲਦੇ ਨੇ। ਔਰ ਦੂਸਰੀ ਕੈਟੇਗਰੀ ਅਸੀਂ ਗੱਲ ਕਰਦੇ ਹਾਂ NCD, ਯਾਨੀ ਨੋਨ ਕਮਿਊਨੀਕੇਬਲ ਡਿਜ਼ੀਜ਼, ਉਹ ਵਾਲੀਆਂ ਬਿਮਾਰੀਆਂ ਜਿਹੜੀਆਂ ਕਿ ਇਨਸਾਨ ਆਪਣੇ ਜੀਨ ਦੇ ਤਰੀਕੇ ਦੇ ਨਾਲ ਆਪਣੇ ਸਰੀਰ ਦੇ ਵਿੱਚ ਪੈਦਾ ਕਰਦਾ ਹੈ, ਜਿੱਦਾਂ ਕਿ ਡਾਇਬਿਟੀਜ਼, ਜਿੱਦਾਂ ਬਲੱਡ ਪ੍ਰੈਸ਼ਰ, ਜਿੱਦਾਂ ਮੋਟਾਪਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਬਰਨਿੰਗ ਜਿਹੜਾ ਟੌਪਿਕ ਹੈ, ਜਿਹੜਾ ਨੰਬਰ 1 ਹੈਲਥ ਕ੍ਰਾਈਸਿਸ, ਉਹ ਬਣਿਆ ਹੋਇਆ ਹੈ ਸਾਡੇ ਨੌਰਥ ਇੰਡੀਆ ਦੇ ਵਿੱਚ। PGI ਦੇ ਵਿੱਚ 71 ਪੇਸ਼ੈਂਟਸ ਆਰ ਕੁਆਰੰਟਾਈਨ, ਯਾਨੀ ਕਿ ਐਡਮਿਟਿਡ ਵਿਦ ਦਿਸ ਪ੍ਰੋਬਲਮ, ਦੈਟ ਇਜ਼ ਸਵਾਈਨ ਫਲੂ। ਕਿੱਦਾਂ ਤੁਸੀਂ ਨੋਰਮਲ ਖਾਣੇ 'ਚੋਂ ਇਸ ਤੋਂ ਬਚਾਅ ਕਰਨ ਦੇ ਲਈ ਆਪਣੇ ਆਪ ਨੂੰ ਮਜ਼ਬੂਤ ਬਣਾ ਸਕਦੇ ਹੋ, ਇਹਦੀ ਗੱਲ ਕਰਾਂਗੇ ਇਸ ਹਫ਼ਤੇ ਦੇ ਵਿੱਚ। ਹੋਮ ਰੈਮਿਡੀਜ਼ ਟੂ ਪ੍ਰੀਵੈਂਟ ਸਵਾਈਨ ਫਲੂ। ਨੰਬਰ 1 ਕਮਸ ਟੂ ਮਾਈ ਲਿਸਟ ਇਜ਼ ਤੁਲਸੀ। ਤੁਲਸੀ ਐਜ਼ ਵੀ ਕਾਲ ਹੋਲੀ ਬੇਸਲ, ਦਿਸ ਇਜ਼ ਇਹ ਤੁਲਸੀ ਦੇ ਪੱਤੇ, 5 ਪੱਤੇ ਰੋਜ਼ ਆਪਣੀ ਡਾਇਟ ਦੇ ਵਿੱਚ, ਆਪਣੀ ਚਾਹ ਦੇ ਵਿੱਚ ਉਬਾਲ ਕੇ ਪੀਣੇ ਸ਼ੁਰੂ ਕਰੋ। ਉਹਦਾ ਕਹਿਵਾ, ਜਿਹਨੂੰ ਅਸੀਂ ਕਹਿੰਦੇ ਹਾਂ ਕਹਿਵਾ, ਇਹ ਮੀਨਸ ਡਿਕੋਕਸ਼ਨ ਬਣਾ ਕੇ ਕੰਜ਼ੂਮ ਕਰਨ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਤੁਸੀਂ ਕੁਝ ਹਰਬਸ ਹੋਰ ਯੂਜ਼ ਕਰ ਸਕਦੇ ਹੋ, ਜਿੱਦਾਂ ਕਿ ਇਲਾਇਚੀ ਹੈ, ਜਿੱਦਾਂ ਕਿ ਲੌਂਗ ਹੈ। ਇਹ ਸਾਰੀਆਂ ਵਾਰਮਿੰਗ ਹਰਬਸ ਨੇ ਜਿਹੜੀਆਂ ਕਿ ਇਨਫਲੂਐਂਜ਼ਾ ਦੇ ਜਿਹੜੇ ਵਾਇਰਸ ਨੇ ਉਹਨਾਂ ਤੋਂ ਦੂਰ ਰੱਖਣ ਦੇ ਵਿੱਚ ਤੁਹਾਡੀ ਇਮਿਊਨਿਟੀ ਵਧਾਉਂਦੀਆਂ ਨੇ। ਇਮਿਊਨਿਟੀ ਦਾ ਮਤਲਬ ਹੁੰਦਾ ਹੈ ਰੋਗ ਪ੍ਰਤੀਰੋਧਕ ਸ਼ਕਤੀ, ਯਾਨੀ ਕਿ ਬਿਮਾਰੀ ਨਾਲ ਲੜਨ ਦੀ ਅੰਦਰੂਨੀ ਸ਼ਕਤੀ, ਜਿਹੜੀ ਕਿ ਜਾਂ ਤਾਂ ਇਨਬੋਰਨ ਹੁੰਦੀ ਹੈ ਤੁਹਾਡੇ ਵਿੱਚ ਆਪਣੀ ਹੁੰਦੀ, ਜਾਂ ਤੁਸੀਂ ਐਕਵਾਇਰ ਕਰਦੇ ਹੋ ਇਮਿਊਨਿਟੀ ਅਗਰ ਤੁਸੀਂ ਅੱਛੀ ਡਾਇਟ ਔਰ ਲਾਈਫ ਸਟਾਈਲ ਦੇ ਉੱਤੇ ਚੱਲਦੇ ਹੋ। ਅੱਛਾ ਲਾਈਫ ਸਟਾਈਲ ਕੀ ਹੈ? ਅੱਛਾ ਲਾਈਫ ਸਟਾਈਲ ਹੈ ਟੂ ਇੰਡਲਜ ਇਨ ਗੁੱਡ ਕੁਆਲਿਟੀ ਆਫ ਐਕਸਰਸਾਈਜ਼, ਵਿਚ ਇਜ਼ ਲਾਈਕ ਵਿਚ ਕੀਪਸ ਯੋਰ ਰੈਸਪੀਰੇਟਰੀ ਸਿਸਟਮ ਹੈਲਦੀ, ਲਾਈਕ ਪ੍ਰਾਣਾਯਾਮ, ਲਾਈਕ ਕਾਰਡੀਓਵੈਸਕੁਲਰ ਐਕਟੀਵਿਟੀ, ਜੋਗਿੰਗ, ਵਾਕਿੰਗ ਔਰ ਵਾਟ ਐਵਰ ਮੇਕਸ ਯੂ ਫੀਲ ਬ੍ਰੈਥਲੈਸ, ਸੋ ਦੈਟ ਯੂ ਕੈਨ ਫਾਸਟਰ ਐਂਡ ਯੂ ਕੈਨ ਬੂਸਟ ਦੀ ਸਟਰੈਂਥ ਆਫ ਯੋਰ ਰੈਸਪੀਰੇਟਰੀ ਟ੍ਰੈਕਟ। ਐਂਡ ਦ ਸੈਕਿੰਡ ਥਿੰਗ ਇਜ਼ ਵਾਟ ਯੂ ਈਟ, ਬਿਕੋਜ਼ ਵਾਟ ਐਵਰ ਯੂ ਈਟ ਸਟ੍ਰੇਟ ਅਵੇ ਫੀਡਸ ਦੀ ਗਿਵਸ ਦੀ ਇਮਿਊਨਿਟੀ ਔਰ ਸਟਰੈਂਥ ਟੂ ਫਾਈਟ ਦੀ ਇਨਫੈਕਸ਼ਨਸ ਟੂ ਯੋਰ ਸੈਲਸ। ਨਾਓ ਦ ਸੈਲਸ ਕੈਨ ਬੀ ਗਿਵਨ ਗੁੱਡ ਇਮਿਊਨਿਟੀ ਬਾਏ ਫੀਡਿੰਗ ਯੋਰ ਸੈਲਸ ਵਿਦ ਦ ਰਾਈਟ ਫੂਡ, ਵਿਚ ਇਜ਼ ਜ਼ਿੰਕ ਹੋ ਗਿਆ, ਵਾਈਟਾਮਿਨ ਸੀ ਹੋ ਗਿਆ, ਵਾਈਟਾਮਿਨ ਬੀ ਕੰਪਲੈਕਸ ਹੋ ਗਿਆ, ਔਰ ਕੁਛ ਹਰਬਸ ਜਿੱਦਾਂ ਜਿਹਨਾਂ ਦਾ ਮੈਂ ਜ਼ਿਕਰ ਪਹਿਲਾਂ ਵੀ ਕੀਤਾ। ਸੋ ਜ਼ਿੰਕ, ਵਾਈਟਾਮਿਨ ਸੀ ਔਰ ਵਾਈਟਾਮਿਨ ਬੀ ਕੰਪਲੈਕਸ, ਤੁਹਾਨੂੰ ਆਮ ਮਿਲਣ ਵਾਲੇ ਕੁਛ ਸਪਲੀਮੈਂਟਸ, ਬਹੁਤ ਸਸਤੇ ਸਸਤੇ 1-1 ਰੁਪਏ ਦਾ ਕੈਪਸੂਲ ਤੁਹਾਨੂੰ ਮਿਲਦਾ ਹੈ, ਉਹਦੇ ਨਾਲ ਤੁਸੀਂ ਕਿਫਾਇਤੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਨੋਰਮਲ ਡਾਇਟ ਵੀ ਤੁਸੀਂ ਬੈਲੈਂਸ ਡਾਇਟ ਦੇ ਰੂਪ ਦੇ ਵਿੱਚ ਲਓ ਤਾਂ ਤੁਸੀਂ ਬੜੇ ਆਰਾਮ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਔਰ ਸਿਹਤਮੰਦ ਰਹਿ ਸਕਦੇ ਹੋ, ਸਵਾਈਨ ਫਲੂ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਆਪਣੇ ਆਪ ਨੂੰ ਦੂਰ ਰੱਖ ਸਕਦੇ ਹੋ। ਇਸ ਤੋਂ ਇਲਾਵਾ ਹੈਂਡ ਐਂਡ ਮਾਊਥ ਹਾਈਜੀਨ ਉਹ ਜ਼ਰੂਰ ਕਰਨਾ। ਹੈਂਡ ਐਂਡ ਹਾਊਥ ਮਾਊਥ ਹਾਈਜੀਨ ਦਾ ਮਤਲਬ ਹੈ ਕਿ ਆਪਣੇ ਮੂੰਹ ਔਰ ਆਪਣੇ ਹੈਂਡਸ, ਹੱਥਾਂ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ, ਬਾਰ ਬਾਰ ਟੱਚ ਨਾ ਕੀਤਾ ਜਾਵੇ, ਬਾਰ ਬਾਰ ਸੋਪ ਵਾਟਰ ਦੇ ਨਾਲ ਵਾਸ਼ਿੰਗ ਕੀਤੀ ਜਾਵੇ ਤਾਂ ਕਿ ਤੁਸੀਂ ਇਨਫੈਕਸ਼ਨ ਤੋਂ ਦੂਰ ਰਹਿ ਸਕੋ।